ਤੇਰੀ ਸ਼ਿਕੀ ਨਜਾਇਆ ਕਰ ਥਈਆ। ਰਹਿਮਾਨ ਸਾਹਿਬ ਨੇ ਸੁਣਿਆ ਤੇ ਉਹਨਾਂ ਨੇ ਉਦੋਂ ਹੀ ਮੈਨੂੰ ਆਪਣੇ ਸੀਨੇ ਨਾਲ ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ। ਦਿਸ ਕ੍ਰੈਡਿਟ ਸ਼ੁਡ ਗੋਸ ਟੂ ਹੇ ਆਖੇ ਤੇਜ ਤਤਈਆ ਦੋਨੋ ਜੀਵ ਸਾਬ ਕਾ ਫੁਨਕਾਰਾ ਓਂਕਾਰਾ। ਦੂਜੀ ਫਰਮਾਇਸ਼ ਉਹਨਾਂ ਦੀ ਬਿਲਕੁਲ ਰਿਵਰਸ ਹੈ, ਕਦੇ ਵੀ ਬੀੜੀ ਚਲਾ ਜਾਂਦਾ। ਮੈਂ ਕਿਹਾ ਬੀੜੀ ਦੀ ਮੈਂ ਬੀੜੀ ਚਲਾ ਸਕਦਾ, ਸਰਦਾਰ ਬੰਦਾ ਕਹਿੰਦਾ ਮੈਂ ਨੱਪਿਆ ਨਾ ਜਾਵਾਂ, ਅਤੇ ਮੈਂ ਕਿਹਾ ਕੋਇਲਾ ਜਲਵਾ ਲਓ। ਅੰਗੀਠੀ ਜਲਾਈ ਲੇ ਜਿਗਰ ਸੇ ਪਿਆ ਜਿਗਰ ਮਾਂ ਅੱਗ ਹੈ। ਤੁਸੀਂ ਕਦੀ ਕਿਸੇ ਉਦਾਸ ਗਾਣੇ 'ਤੇ ਕਿਸੇ ਨੂੰ ਨੱਚਦੇ ਦੇਖਿਆ? ਇਹ ਕੌਮ ਇੱਦਾਂ ਦੀ ਆ, ਉਹਦੇ 'ਤੇ ਵੀ ਨੱਚਣ ਦੀ ਪਤਾ ਕਿਹੜੇ ਗਾਣੇ 'ਤੇ? ਲਾਈ ਵੀ ਨਾ ਗਈ ਅਤੇ ਨਿਭਾਈ ਵੀ ਨਾ ਗਈ। ਹੁਣ ਇਹ ਸਰੀ ਦੇ ਵਿੱਚ, ਸਰੀ ਵਾਲੇ ਵੈਨਕੂਵਰ। ਲਾਈ ਵੀ ਨਾ ਗਈ ਅਤੇ ਨਿਭਾਈ ਇੱਦਾਂ ਨੱਚਦੇ। ਹੋ ਮੈਨੇ ਮਾਰਦਾ ਜਹਾਨ ਮੈਨੂੰ ਸਾਰਾ, ਤੇਰੀ ਮੇਰੀਓਂ ਟੁੱਟ ਗਏ ਸੋਹਣੀਏ। ਹੁਣ ਸਭ ਤੋਂ ਸੈਡ ਲਾਈਨ ਆ ਰਹੀ, ਜਿਵੇਂ ਟੁੱਟੇ ਅੰਬਰ ਤੋਂ। ਅੱਛਾ, ਮੈਂ ਗਾਣਾ ਖਤਮ ਕੀਤਾ। ਤੁਸੀਂ ਸ਼ਾਇਦ ਉਹਨਾਂ ਤੋਂ ਵੀ ਵਧੀਆ ਪਰਫਾਰਮ ਕਰਦਾ। ਮੈਂ ਗਾਣਾ ਖਤਮ ਕੀਤਾ। ਮੈਂ ਕਿਹਾ ਭਾਈ ਸਾਹਿਬ ਗਾਣਾ ਵਿਚਾਰਾ ਇਸ਼ਕ ਡੁੱਬ ਗਿਆ। ਉਹ ਕਹਿੰਦੇ ਜੀ ਗਾਣਾ ਉਦਾਸ ਹੈ, ਤੇਰੀ ਆਵਾਜ਼ ਨੱਚੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਅੱਜ ਦੇ ਸ਼ੋਅ ਦੇ ਵਿੱਚ ਕੋਈ ਲੰਬੀ ਚੌੜੀ ਓਪਨਿੰਗ ਨਹੀਂ, ਇੱਕ ਨਾਮ ਲਵਾਂਗਾ। ਉਸ ਨਾਮ ਦੇ ਲੈਂਦੇ ਹੀ ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਖਾਸ ਤੌਰ 'ਤੇ ਅਲੱਗ ਅਲੱਗ ਫਿਲਮਾਂ ਅਤੇ ਅਲੱਗ ਅਲੱਗ ਫਿਲਮਾਂ ਦੇ ਵਿੱਚ ਉਹਨਾਂ ਦੀ ਦਮਦਾਰ ਅਤੇ ਸੁਰੀਲੀ ਆਵਾਜ਼। ਨਾਮ ਹੈ ਸੁਖਵਿੰਦਰ ਸਿੰਘ। ਸੋਚ ਰਹੇ ਹੋ ਤੁਸੀਂ, ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ, ਗਾਣੇ, ਸੰਗੀਤ, ਸਭ ਕੁਝ ਆ ਰਿਹਾ ਹੋਏਗਾ। ਅੱਜ ਅਸੀਂ ਮੁਲਾਕਾਤ ਕਰਵਾਵਾਂਗੇ ਉਹਨਾਂ ਦੇ ਨਾਲ। ਨਿਊਜ਼ 18 ਪੰਜਾਬ ਦੇ ਅੱਜ ਨਿਊਜ਼ ਰੂਮ ਦੇ ਵਿੱਚ ਮੌਜੂਦ ਨੇ ਸਰ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਬਹੁਤ ਬਹੁਤ। ਸਭ ਤੋਂ ਪਹਿਲਾਂ ਆਪਾਂ ਤਾੜੀਆਂ ਦੇ ਨਾਲ ਸਵਾਗਤ ਕਰੀਏ। ਥੈਂਕ ਯੂ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਰਹਿਣਗੇ। ਵਿਜੇ, ਬਹੁਤ ਸਾਰੀਆਂ ਗੱਲਾਂ ਦੇ ਵਿਚਾਲੇ ਮੈਂ ਨਾਮ ਕਿਹਾ ਕਿ ਜਦੋਂ ਮੈਂ ਨਾਮ ਲਵਾਂਗਾ ਤਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਆਇਆ ਹੋਏਗਾ। ਤੁਹਾਡੇ ਨਾਮ ਕੀ ਆਇਆ ਅਤੇ ਉੱਥੇ ਆਪਾਂ ਸ਼ੁਰੂਆਤ? ਮੇਰੇ ਦਿਮਾਗ ਦੇ ਵਿੱਚ ਜਦੋਂ ਮੈਂ ਕਦੇ ਵੀ ਸੁਖਵਿੰਦਰ ਸਿੰਘ ਹੋਰਾਂ ਦਾ ਨਾਮ ਸੁਣਦਾ ਤਾਂ ਸਭ ਤੋਂ ਪਹਿਲਾਂ ਉਹ ਸੁਰ, ਉਹ ਆਵਾਜ਼ ਗੂੰਜਣ ਲੱਗ ਪੈਂਦੀ ਹੈ, ਜਿਸ ਆਵਾਜ਼ ਬਾਰੇ ਸੋਚਦੇ ਹੀ ਐਂ ਲੱਗਦਾ ਕਿ ਸਾਜ਼ ਦੀ ਲੋੜ ਨਹੀਂ ਪੈਂਦੀ। ਆਵਾਜ਼ ਇੰਨੀ ਮਿੱਠੀ ਹੈ ਕਿ ਸਾਜ਼ ਦੀ ਜ਼ਰੂਰਤ ਹੀ ਨਹੀਂ। ਔਰ ਅਸੀਂ ਅਕਸਰ ਬਹੁਤ ਵਾਰ ਸੁਣਿਆ, ਅੱਜ ਸਾਡੇ ਨਿਊਜ਼ ਰੂਮ ਦੇ ਵਿੱਚ ਆਏ ਨੇ, ਨਿਊਜ਼ 18 ਦੇ ਸਟੂਡੀਓ ਪਹੁੰਚੇ ਨੇ। ਸੁਖਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਔਸਕਰ ਵਿਨਰ ਇੱਕ ਪਰਸਨੈਲਿਟੀ ਸਾਡੇ ਕੋਲ ਆਈ, ਸਾਰਿਆਂ ਦਾ ਸਵਾਗਤ ਕਰਦਾ। ਔਰ ਮੈਂ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਖੁਸ਼ ਹੋ, ਤੰਦਰੁਸਤ ਰਹੋ, ਆਬਾਦ ਰਹੋ ਜੀ। ਅੱਛਾ, ਤੁਸੀਂ ਚੰਡੀਗੜ੍ਹ ਆਏ ਹੋ, ਇੱਕ ਖਾਸ ਮਕਸਦ ਹੈ ਤੁਹਾਡਾ, ਇੱਕ ਬੜਾ ਵੱਡਾ ਸ਼ੋਅ ਚੰਡੀਗੜ੍ਹ ਦੇ ਵਿੱਚ ਹੋ ਰਿਹਾ। ਕਾਫੀ ਦੇਰ ਹੋ ਗਈ, ਮੈਨੂੰ ਯਾਦ ਨਹੀਂ ਕਿ ਤੁਸੀਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਕਦੋਂ ਸ਼ੋਅ ਕੀਤਾ ਸੀ। ਕਈ ਸਾਲ ਹੋ ਗਏ ਮੈਨੂੰ ਲੱਗਦਾ। ਸੋ ਇਹ ਦੇਰੀ ਕਿਉਂ ਹੋਈ ਔਰ ਹੁਣ ਸਡਨਲੀ ਕਿਸ ਲੈਵਲ 'ਤੇ ਤੁਸੀਂ ਪਲਾਨ ਕੀਤਾ? ਨਹੀਂ, ਵੈਸੇ ਮੈਂ ਦੱਬੇ ਪੈਰੀ 'ਤੇ ਆਪਣੇ ਮਿੱਤਰ ਮੰਡਲੀ ਨੂੰ ਮਿਲ 'ਤੇ ਆ ਹੀ ਜਾਂਦਾ, ਪਰ 24 ਫੈਬਰੇਰੀ ਨੂੰ ਇਹ ਸ਼ੋਅ ਆ ਅਤੇ ਇਹ ਕਈ
ਕਾਰਨ ਨੇ ਇਹਦੇ ਖਾਸ ਹੋਣ ਦੇ। ਇਹਦੇ 'ਚ ਮੈਂ ਕੁਛ ਡਿਫਰੈਂਟ ਐਨਰਜੀ ਨੂੰ ਸ਼ਾਮਿਲ ਕੀਤਾ ਵਾ, ਔਰ ਇੰਟਰਟੇਨਮੈਂਟ ਸਾਡੀ ਫਸਟ ਪ੍ਰਾਇਰਿਟੀ ਰਹਿੰਦੀ ਆ। ਸਭ ਤੋਂ ਜ਼ਿਆਦਾ ਮਹੱਤਵ ਜਿਹੜਾ ਹੁੰਦਾ ਸਾਡੇ ਵਾਸਤੇ ਕਿ ਲੋਕਾਂ ਦਾ ਮਨੋਰੰਜਨ ਕਰਨਾ ਮਿਊਜ਼ਿਕ ਦੇ ਜ਼ਰੀਏ। ਲੇਕਿਨ ਇਸ ਵਾਰੀ ਇਹਦੇ 'ਚ ਅਸੀਂ ਬਹੁਤ ਹਿਊਜ ਗਰੁੱਪ ਦੇ ਨਾਲ ਆ ਰਹੇ ਹਾਂ, ਬਹੁਤ ਵੱਡਾ ਗਰੁੱਪ, ਔਰ ਇਹਦੇ ਵਾਸਤੇ ਬਾਕਾਇਦਾ ਸਪੈਸ਼ਲੀ ਰਿਹਰਸਲਸ ਕੀਤੀਆਂ ਜਾ ਰਹੀਆਂ, ਔਰ ਇਹ 'ਚ ਸੱਭਿਆਚਾਰ ਦਾ ਵੀ ਰੰਗ ਹੋਏਗਾ, ਇਹ 'ਚ ਬਾਲੀਵੁੱਡ ਔਰ ਮੈਲੋਡੀ ਸੁਫੀਆਨਾ ਰੰਗ ਔਰ ਕਾਫੀ ਕੁਛ ਚੀਜ਼ਾਂ ਜਿਹੜੀਆਂ ਮੈਨੂੰ ਲੱਗਿਆ ਕਿ ਮੈਂ ਇਸ ਮੌਕੇ ਨੂੰ ਬਹੁਤ ਇਨਕੈਸ਼ ਕਰਨਾ ਚਾਹੁੰਦਾ। ਅਤੇ ਵੀ ਹੈਵ ਗੋਟ ਅ ਫੈਂਟੈਬੁਲਸ ਗਰੁੱਪ, ਬਹੁਤ ਵਧੀਆ। ਅਤੇ 24th ਨੂੰ ਅਸੀਂ ਐਗਜੀਬਿਸ਼ਨ ਪਾਰਕ ਸੈਕਟਰ 34, ਅਤੇ ਮੈਂ ਬਹੁਤ ਖੁਸ਼ ਹਾਂ, ਅਸੀਂ ਸਾਰੇ ਜਿਹੜੇ ਬਹੁਤ ਉਤਸ਼ਾਹ ਨਾਲ ਭਰੇ ਹੋਏ ਹਾਂ, ਔਰ ਬੜੀ ਅੱਛੀ ਤਿਆਰੀ ਕੀਤੀ ਆ। ਇੱਕ ਖਾਸ ਗੱਲ ਜਿਹੜੀ ਆ ਕਿ ਇਹਦੇ 'ਚ ਕਈ ਐਲੀਮੈਂਟਸ ਨੇ ਜਿਨ੍ਹਾਂ 'ਚੋਂ ਇੱਕ ਐਲੀਮੈਂਟ ਐਸਾ ਵਾ ਜਿਹੜਾ ਅੱਜ ਤੋਂ 90-93 ਸਾਲ ਪਹਿਲੋਂ ਪਟਿਆਲਾ ਰਿਆਸਤ ਪਟਿਆਲਾ ਮਹਾਰਾਜ ਨੇ ਕੀਤਾ ਸੀ। ਉਹਨੂੰ ਕਹਿੰਦੇ ਸੀ ਤਾਲ ਕਚਹਿਰੀ। ਉਹਦੇ 'ਚ ਬ੍ਰਿਟਿਸ਼ ਅਕੈਡਮੀ ਦੇ ਵੀ ਲੋਕ ਸੀ, ਅਤੇ ਉਹਦੇ 'ਚ ਬ੍ਰਿਟਿਸ਼ 'ਚ ਉਸ ਮੇਲੇ ਦਾ, ਉਹ ਮਾਘੀ ਦੇ ਮੇਲੇ ਹੋਇਆ ਸੀ, ਉਹਦਾ ਨਾਂ ਦਰਜ ਕੀਤਾ ਗਿਆ ਸੀ ਕੋਰਟ ਆਫ ਪਰਕਸ਼ਨਸ। ਕੋਰਟ ਆਫ ਯਾਨੀ ਤਾਲ, ਕਿ ਤਾਲ ਜਿਹੜੇ ਉਹਦਾ ਇੱਕ ਸੰਗ੍ਰਹਿ ਹੈ ਉਹਨੂੰ ਰਿਪ੍ਰਜੈਂਟ ਕਰਨਾ। ਉਦੋਂ ਉਸ ਵਕਤ ਮੀਆਂ ਕਾਦਰ ਬਖਸ਼ ਜਿਨ੍ਹਾਂ ਦੇ 1.25 ਲੱਖ ਸ਼ਾਗਿਰਦ ਹੋਏ ਨੇ, ਕੋਈ ਮਰਦੰਗਮ, ਕੋਈ ਢੋਲ, ਕੋਈ ਤਬਲਾ ਪਲੇ ਤਬਲਾ ਨਵਾਜ਼, ਅਤੇ ਉਸ ਔਰਾ ਨੂੰ ਵਾਪਸ ਲਿਆ ਕੇ ਪ੍ਰਜੈਂਟ ਕਰਨਾ ਇਹ ਆਸਾਨ ਨਹੀਂ ਆ। ਉਹਦੇ ਵਾਸਤੇ ਮੈਨੂੰ ਹਿਊਜ ਗਰੁੱਪ ਵੀ ਚਾਹੀਦਾ ਸੀ। ਅਸੀਂ ਡਿਜੀਟਲੀ ਵੀ ਉਹਨੂੰ ਡਿਜ਼ਾਈਨ ਕੀਤਾ ਵਾ, ਲੇਕਿਨ ਸਾਰਾ ਕੁਛ ਲਾਈਵ ਹੈ। ਨਹੀਂ, ਜੇ ਉਹਨੂੰ ਅਸੀਂ ਥੋੜ੍ਹਾ ਜਿਹਾ ਮਿਊਜ਼ਿਕ ਦੀ ਸ਼ੇਪ 'ਚ ਸਮਝਣਾ ਚਾਹੀਏ ਤਾਂ ਤੁਸੀਂ ਉਹਨੂੰ ਕਿਵੇਂ ਸਮਝਾ ਸਕਦੇ ਹੋ? ਉਹ ਕੀ ਆ ਕਿ ਉਹ ਇਸ ਪ੍ਰੋਗਰਾਮ ਦੀ ਅਗਰ ਕੋਈ ਸ਼ੁਰੂਆਤ, ਇਸ ਕੌਂਸਰਟ ਦੀ ਅਗਰ ਕੋਈ ਸ਼ੁਰੂਆਤ ਨਹੀਂ ਮਿਸ ਕਰਦਾ ਤਾਂ ਇੱਦਾਂ ਦਾ ਲੱਗੇਗਾ ਕਿ ਜਿਵੇਂ ਪੂਰਾ ਯੂਨੀਵਰਸ ਇਸ ਵੇਲੇ ਤਾਲ ਦੇ ਰੂਪ 'ਚ ਬਦਲ ਗਿਆ ਵਾ। ਕੋਈ ਉਹ ਤਾਲ ਦਾ ਨਮੂਨਾ ਦਿਖਾ ਸਕਦੇ? ਉਹ 'ਚ ਬੀਟਸ ਹੁੰਦੀਆਂ, ਉਸ ਤੋਂ ਇਮੀਡੀਏਟਲੀ ਬਾਅਦ ਫਿਰ ਸਿੰਗਿੰਗ ਵੱਲ ਨੂੰ ਚਲੇ ਜਾਂਦਾ ਵਾ, ਮੈਲੋਡੀ ਵਾਲੇ ਪਾਸੇ ਨੂੰ। ਉਹ ਇੱਕ ਤਰ੍ਹਾਂ ਦਾ ਆਪਣੇ ਆਪ 'ਚ ਇੱਕ ਐਸੀ ਸਭਾ ਲੱਗੇਗੀ ਸਟੇਜ 'ਤੇ ਕਿ ਇੱਦਾਂ ਲੱਗੇਗਾ ਕਿ ਜਿਵੇਂ ਕਿ ਪੂਰਾ ਯੂਨੀਵਰਸ ਜਿਹੜਾ ਉਹਨੇ ਇੱਕ ਰਿਦਮ ਦਾ ਰੂਪ ਲੈ ਲਿਆ, ਉਹਨੇ ਇੱਕ ਤਾਲ ਦਾ ਰੂਪ ਲੈ ਲਿਆ, ਤਾਂ ਉਹ ਕਈ ਤਰ੍ਹਾਂ ਦੇ ਸੰਸਕਾਰ, ਕਈ ਤਰ੍ਹਾਂ ਦੀ ਸੰਸਕ੍ਰਿਤੀ, ਕਈ ਤਰ੍ਹਾਂ ਦੇ ਸੱਭਿਆਚਾਰ ਨੂੰ ਪ੍ਰਜੈਂਟ ਕਰ ਜਾਏਗਾ। ਤਾਂ ਉਹ ਇੱਕ ਬੀਟ ਓਰੀਐਂਟਿਡ, ਉਸ ਤੋਂ ਬਾਅਦ ਫਿਰ ਸ਼ੋਅ ਜਿਹੜਾ ਆਪਣੇ ਮੈਲੋਡੀ ਵੱਲ ਨੂੰ ਤੁਰੇਗਾ, ਅਤੇ ਵਿੱਚ ਵਿੱਚ ਉਸ ਸੱਭਿਆਚਾਰ ਦੀ ਵੀ ਝਲਕ ਆਉਂਦੀ ਰਹੇਗੀ। ਜੀ, ਚਲੋ ਮੈਂ ਅੱਗੇ ਵਧਾਂ, ਪਰ ਸੁਖਵਿੰਦਰ ਜੀ ਦੇਖੋ ਇੱਕ ਗੱਲ ਇਹ ਵੀ ਹੈ ਕਿ ਜਦੋਂ ਤੁਹਾਡਾ ਸ਼ੋਅ ਹੋਵੇ ਤਾਂ ਫਿਰ ਲੋਕਾਂ ਦੇ ਜ਼ਹਿਨ 'ਚ ਵੀ ਹੁੰਦੀ ਹੈ ਕਿ ਟਿਕਟ ਬੜੀ ਮਹਿੰਗੀ ਹੋਣੀ ਹੈ। ਹੁਣ ਜੇ ਕੋਈ ਸਟੂਡੈਂਟ ਹੈ, ਕੋਈ ਪੜ੍ਹਨ ਵਾਲਾ ਮੁੰਡਾ ਹੈ ਜਿਹਦਾ ਥੋੜ੍ਹਾ ਜਿਹਾ ਬਜਟ ਘੱਟ ਹੈ, ਉਹਦੇ ਲਈ ਵੀ ਕੋਈ ਖਾਸ ਹੈ? ਬਿਲਕੁਲ, 100% ਦੈਟ ਹੈਜ਼ ਟੂ ਬੀ, ਉਹ ਹੋਣਾ ਹੀ ਚਾਹੀਦਾ ਜੀ, ਕਿਉਂਕਿ ਅਸੀਂ ਕੰਮ ਤਾਂ ਖਾਸ ਕਰਨਾ ਪਰ ਗਾਉਣਾ ਤਾਂ ਆਮ ਲੋਕਾਂ ਵਾਸਤੇ ਨਾ। ਅਤੇ ਨਾਲੇ ਕਹਿੰਦੇ ਜੇ ਸ਼ੋਰ ਮਚਾਉਣ ਵਾਲੇ, ਸੀਟੀਆਂ ਮਾਰਨ ਵਾਲੇ ਨਾ ਹੋਣ ਤਾਂ ਸ਼ੋਅ ਦਾ ਮਜ਼ਾ ਨਹੀਂ ਆਉਂਦਾ। ਹੈਵ ਟੂ ਬੀ, ਉਹ ਆਪਣਾ ਮੇਰੇ ਇਸੇ ਕਰਕੇ ਮੈਂ ਜਦੋਂ ਵੀ ਇਸ ਬਾਰੇ, ਇਸ ਸ਼ੋਅ ਦੇ ਬਾਰੇ ਗੱਲ ਕਰ ਰਿਹਾ ਅਤੇ ਮੈਂ ਇਹ ਵੀ ਨਾਲ ਦੀ ਨਾਲ ਕਹਿ ਰਿਹਾ ਕਿ ਦਿਸ ਇਜ਼ ਮਾਈ ਪਰਸਨਲ ਇਨਵੀਟੇਸ਼ਨ ਟੂ ਐਵਰੀ ਵਨ। ਅਤੇ ਉਸ ਵਾਸਤੇ ਮੈਂ ਔਰਗਨਾਈਜੇਸ਼ਨ ਨਾਲ ਵੀ ਗੱਲ ਕੀਤੀ ਆ, ਮੈਂ ਕਿਹਾ ਤੁਸੀਂ ਇੱਦਾਂ ਕਰੋ ਕਿ ਇਹਨੂੰ ਅਪਰੋਚੇਬਲ ਕਰੋ,
ਇੱਕ ਆਮ ਸਾਧਾਰਨ ਤੌਰ 'ਤੇ ਜਿਹੜੇ ਆਮ ਜਿਹਨੂੰ ਅਸੀਂ ਕਹਿੰਦੇ ਹੁੰਦੇ ਤਾਂ ਉਹ ਖਾਸ ਹੀ ਨੇ, ਹਾਂਜੀ, ਤਾਂ ਉਹਨਾਂ ਵਾਸਤੇ ਨਹੀਂ ਆਉਣਾ ਵਾ, ਅਤੇ ਉਹ ਉਹਨਾਂ ਵਾਸਤੇ ਤੁਸੀਂ ਬਹੁਤ ਹੀ ਰੀਜ਼ਨੇਬਲ ਵੀ ਪ੍ਰਾਈਜ਼ ਰੱਖੋ ਤਾਂ ਕਿ ਉਹਨਾਂ ਉਹ ਵੀ ਆ ਸਕਣ, ਕਿਉਂਕਿ ਮੈਨੂੰ ਸਿਰ ਮੱਥੇ 'ਤੇ ਤਾਂ ਸਾਰੇ ਨੇ ਬਿਜ਼ਨਸ, ਮੇਰਾ ਪੈਟਰਨ ਨਹੀਂ ਆ, ਔਰਗਨਾਈਜੇਸ਼ਨ ਦਾ ਇੱਕ ਪੈਟਰਨ ਹੁੰਦਾ ਬਿਜ਼ਨਸ ਦਾ, ਪਰ ਉਹਨਾਂ ਨੇ ਮੇਰੀਆਂ ਸਾਰੀਆਂ ਸ਼ਰਤਾਂ ਕਬੂਲ ਕੀਤੀਆਂ। ਦਿਸ ਇਜ਼ ਨੋਟ ਗੋਇੰਗ ਟੂ ਬੀ ਐਕਸਪੈਂਸਿਵ ਟੂ ਵਾਚ ਬਾਈ ਐਵਰੀ ਵਨ, ਦਿਸ ਇਜ਼ ਗੋਇੰਗ ਟੂ ਬੀ ਵੈਰੀ ਈਜ਼ੀ ਗੋਇੰਗ, ਸਾਰੇ ਆਰਾਮ ਨਾਲ ਅਫੋਰਡੇਬਲ ਹੈ, ਲੇਕਿਨ ਮੈਂ ਇਹ ਰਿਕੁਐਸਟ ਵੀ ਸਮਝ ਲਓ ਔਰ ਇਹ ਮੇਰਾ ਤੁਹਾਡੇ ਪ੍ਰਤੀ ਪ੍ਰੇਮ ਵੀ ਕਹਿ ਲਓ ਕਿ ਇਹਦੇ 'ਚ ਬਹੁਤ ਵਿਚਿੱਤਰ ਅਤੇ ਬਹੁਤ ਸਰਪ੍ਰਾਈਜ਼ਿੰਗ ਐਲੀਮੈਂਟ ਨੇ ਜਿਹੜੇ ਸੰਗੀਤ ਦੇ ਨਾਲ ਹੀ ਜੁੜੇ ਦੇ ਆ ਪੰਜਾਬ ਨੂੰ ਖਾਸ ਕਰਕੇ ਧਿਆਨ, ਖਾਸ ਤੌਰ 'ਤੇ ਮੈਂ ਉਸ ਔਰੇ ਨੂੰ ਇਮੈਜਿਨ ਕਰ ਰਿਹਾ ਵਿਜੇ, ਅਤੇ ਜਿਹੜਾ ਉਸ ਵੇਲੇ ਉਸ ਸਟੇਜ 'ਤੇ ਜਿਹੜਾ ਹੋ ਰਿਹਾ ਹੋਏਗਾ, ਔਰ ਪਹਿਲੇ ਮੌਕੇ ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਇੱਕ ਟਿਕਟ ਮੈਨੂੰ ਸੁਖਵਿੰਦਰ ਸਿੰਘ ਵਾਸਤੇ ਵੀ ਲੈਣੀ ਪੈਣੀ ਹੈ ਸਾਹਮਣੇ ਬੈਠ ਕੇ ਦੇਖਣ ਵਾਸਤੇ। ਕਿਆ ਬਾਤ ਹੈ, ਕਿਆ ਬਾਤ ਹੈ, ਆਪਣੇ ਯੂਨੀਕ ਔਰ ਬਿਲਕੁਲ, ਮੈਂ ਤੁਸੀਂ ਕਹੋਗੇ ਐਕਸਕਲੂਸਿਵ, ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੋਣਗੀਆਂ ਹੈ ਜੀ। ਚਲੋ ਅਸੀਂ ਥੋੜ੍ਹਾ ਜਿਹਾ ਹੁਣ ਹੋਰ ਅੱਗੇ ਵਧੀਏ, ਸ਼ੋਅ ਦੀ ਵੀ ਮੈਂ ਨਾਲ ਨਾਲ ਗੱਲ ਕਰਦਾ ਰਹਾਂਗਾ। ਬਹੁਤ ਸਾਰੇ ਤੁਹਾਡੇ ਫੈਨਸ ਹੈ, ਬਹੁਤ ਸਾਰੇ ਉਹ ਗੱਲਾਂ ਜਾਣਨਾ ਚਾਹੁੰਦੇ ਹੋਣਗੇ ਤੁਹਾਡੇ ਕੋਲ, ਕਿੱਸੇ ਕਹਾਣੀਆਂ ਲਾਜ਼ਮੀ ਤੌਰ 'ਤੇ ਬਹੁਤ ਸਾਰੀਆਂ ਹੋਣਗੀਆਂ, ਪਰ ਮੈਂ ਇੱਕ ਚੀਜ਼ ਸਮਝ ਨਹੀਂ ਚਾਹ ਰਿਹਾ ਕਿ ਇੱਕ ਅੰਮ੍ਰਿਤਸਰ ਤੋਂ ਮੁੰਬਈ ਵਾਲਾ ਰੂਟ, ਉਹਦੀ ਕਹਾਣੀ ਕੀ ਹੈ, ਕਿੰਨੀ ਕੁ ਸੌਖੀ ਜਾਂ ਔਖੀ ਰਹੀ ਹੈ? ਨਹੀਂ ਜੇ ਦੇਖੋ, ਮੁੰਬਈ ਔਰ ਸਾਊਥ ਵੀ ਜੀ, ਔਰ ਬਹੁਤ ਹੁਣ ਤਾਂ ਚੰਡੀਗੜ੍ਹ ਵੀ ਦੂਜਾ ਮੁੰਬਈ ਹੈ ਫਿਲਮ ਇੰਡਸਟਰੀ, ਇਟਸ ਅ ਵੈਰੀ ਬਿਗ ਫਿਲਮ ਇੰਡਸਟਰੀ ਵੀ ਹੈਵ ਇਨ ਚੰਡੀਗੜ੍ਹ, ਅਤੇ ਮੁੰਬਈ ਇੱਕ ਐਸੀ ਜਗ੍ਹਾ ਵਾ ਜਿੱਥੇ ਹਰ ਤਰ੍ਹਾਂ ਦਾ ਤੁਹਾਨੂੰ ਟੈਲੈਂਟ ਇੱਕੋ ਜਗ੍ਹਾ 'ਤੇ ਮਿਲ ਜਾਏਗਾ, ਔਰ ਕਿਸੇ ਵੀ ਪ੍ਰਾਂਤ ਤੋਂ ਹਰ ਤਰ੍ਹਾਂ ਦੇ ਜੌਨਰ ਦੀਆਂ ਫਿਲਮਾਂ, ਹਰ ਤਰ੍ਹਾਂ ਦੇ ਜੌਨਰ ਦੇ ਮਿਊਜ਼ੀਸ਼ੀਅਨਸ, ਹਰ ਤਰ੍ਹਾਂ ਦੇ ਜੌਨਰ ਦੇ, ਉਹ ਇੱਕ ਸੰਗ੍ਰਹਿਲਿਆ ਵਾ, ਲਾਈਵ ਵਰਤਮਾਨ ਹੈ। ਅਤੇ ਬਚਪਨ 'ਚੋਂ ਇੱਛਾ ਹੁੰਦੀ ਸੀ ਕਿ ਮੈਂ ਕਿਸ਼ੋਰ ਦਾ ਦੇ ਗਾਣੇ ਸੁਣਦਾ ਸਾਂ, ਲਤਾ ਜੀ ਦੇ ਗਾਣੇ ਸੁਣਦਾ ਸਾਂ, ਅਤੇ ਮੇਰੀ ਇੱਛਾ ਸੀ ਕਿ ਮੈਂ ਵੀ ਸਿਨੇਮਾ ਵਾਸਤੇ ਗਾਵਾਂ। ਉਹ ਰਸਤਾ ਜਿਹੜਾ ਵਾ ਉਹ ਜਦੋਂ ਕਹਿੰਦੇ ਨੇ ਕਿ ਤੁਸੀਂ ਰਸਤੇ 'ਤੇ ਚੱਲਦੇ ਜੇ ਅਤੇ ਔਕੜ ਆਉਂਦੀ ਆ, ਜਦੋਂ ਤੁਸੀਂ ਰਸਤੇ 'ਤੇ ਚੱਲਦੇ ਜੇ ਨਾ ਅਤੇ ਔਕੜ ਆਉਂਦੀ ਆ, ਉਦੋਂ ਰਸਤਾ ਲੰਬਾ ਵੀ ਹੋ ਜਾਂਦਾ, ਜਦੋਂ ਰਸਤਾ ਤੁਹਾਡੇ ਨਾਲ ਨਾਲ ਚੱਲਣਾ ਸ਼ੁਰੂ ਕਰਦੇ ਨਾ ਫਿਰ ਸਮਝੋ ਗੱਲ ਬਣ ਗਈ। ਉਹ ਇੱਕ ਮਲੰਗ ਦਾ ਇੱਕ ਰੂਪ ਆ ਜਾਂਦਾ ਨਾ, ਫਿਰ ਔਖੇ ਔਖੇ ਤਾਂ ਹੋਈਦਾ ਸੀ, ਔਖੇ ਹੋਣਾ ਹੀ ਸੀ ਕਿ ਸਾਨੂੰ ਕਿਸੇ ਨੇ ਕਿਹਾ ਕਿ ਅਸੀਂ ਸੁਣਿਆ ਤੁਹਾਡੇ ਕੋਲ ਕਿਰਾਏ ਦੇਣ ਨੂੰ ਪੈਸੇ ਨਹੀਂ ਹੁੰਦੇ, ਮੈਂ ਕਿਹਾ ਜਦੋਂ ਆ ਜਾਂਦੇ ਸੀ ਉਹਨੇ ਤਾਂ ਅਸੀਂ ਕੁਲਚੇ ਛੋਲੇ ਖਾ ਪੈਂਦੇ ਹਾਂ, ਉਹਨੂੰ ਅਸੀਂ ਪਰੌਂਠੇ ਛੱਕ ਜਾਂਦੇ ਹਾਂ। ਅਤੇ ਉਹ ਤਕਲੀਫ ਜਿਹੜੀ ਸੀ ਉਹ ਆਪਣੀ ਉਹਨੇ ਸਾਨੂੰ ਕਦੀ ਮੋਰਲ ਨਹੀਂ ਡਿੱਗਣ ਦਿੱਤਾ, ਅਤੇ ਮੈਂ ਨਹੀਂ ਕਹਾਂਗਾ ਕਿ ਤਕਲੀਫਾਂ ਹੋਈਆਂ ਨਹੀਂ, ਪਰ ਉਹਨੇ ਮੋਰਲ ਨਹੀਂ ਡਿੱਗਣ ਦਿੱਤਾ, ਸਾਨੂੰ ਇੱਕ ਬਿਲੀਵ ਸੀ। ਪਰ ਮੁੰਬਈ ਦੀ ਇੰਡਸਟਰੀ 'ਚ ਆਪਣੇ ਆਪ ਨੂੰ ਅਸਟੈਬਲਿਸ਼, ਮਤਲਬ ਤੁਹਾਡੀ ਆਵਾਜ਼ ਨੋ ਡਾਊਟ ਉਹਦੇ 'ਤੇ ਕੋਈ, ਮਤਲਬ ਬੰਦਾ ਜੇ ਸੋਚਦਾ ਵੀ ਹੈ ਤਾਂ ਦਿਮਾਗ 'ਚ ਘੰਟੀਆਂ ਖੜਕ ਜਾਂਦੀਆਂ, ਪਰ ਇੱਕ ਵਾਰੀ ਚਾਂਸ ਮਿਲਣਾ ਜਾ ਕੇ ਉਸ ਚੀਜ਼ ਲਈ ਸਟਰਗਲ ਬਹੁਤ ਜ਼ਿਆਦਾ ਦੇਖੀ ਹੋਣੀ ਹੈ। ਆਈ ਮਸਟ ਗਿਵ ਕ੍ਰੈਡਿਟ ਟੂ ਮਿਸਟਰ ਏ ਆਰ ਰਹਿਮਾਨ ਫੋਰ ਦਿਸ, ਆਈ ਓਪਨਲੀ ਸੇ ਦੈਟ ਦਿਸ ਗੋਲਡਨ ਬੋਏ ਇਜ਼ ਮਾਈ ਗੋਡਫਾਦਰ। ਉਹਨੇ ਬੰਦੇ ਨੇ ਜਿੱਦਣ ਸੁਣਿਆ ਥਈਆ ਥਈਆ ਸੁਣਿਆ, ਹੋ ਤੇਰੀ ਇਸ਼ਕ ਨਚਾਇਆ ਕਰ ਥਈਆ, ਇਸ਼ਕ ਡਰਾ ਮੇਰੇ ਅੰਦਰ ਕੀਤਾ
ਭਰ ਕੇ ਪ੍ਰੇਮ ਪਿਆਲਾ ਪੀਤਾ। ਆ ਜਾ ਸਜਣਾ, ਆ ਜਾ ਸਜਣਾ, ਨਹੀਂ ਤਾਂ ਮੈਂ ਮਰ ਗਈ ਹਾਂ। ਕਰ ਥਈ ਅਥਈ ਅਥਈਆ, ਕਰ ਥਈ ਅਥਈ ਅਥਈਆ। ਇੱਦਾਂ ਨੱਚ ਕੇ ਸੁਣਾਇਆ ਸੀ ਮੈਂ। ਹੁਣ ਤਾਂ ਮੈਂ ਘੱਟ ਨੱਚ ਰਿਹਾ ਕਿਉਂਕਿ ਨਿਊਜ਼ 18 ਤੇ ਨਹੀਂ, ਕੋਈ ਗੱਲ ਨਹੀਂ, ਮਰਿਆਦਾ ਵੀ ਕਰ, ਮਰਿਆਦਾ ਵੀ ਕਾਇਮ ਰੱਖੀ ਜਾਈ। ਨਿਊਜ਼ ਰੂਮ ਚ ਰੱਖਿਆ ਅਸੀਂ, ਨਿਊਜ਼ ਰੂਮ ਚ ਕਈ ਚੀਜ਼ਾਂ ਬੰਨੀਆਂ ਜਾਂਦੀਆਂ, ਦੇ ਵਿੱਚ ਥੋੜਾ ਬੰਦਿਸ਼ਾਂ ਹੁੰਦੀਆਂ, ਨਿਊਜ਼ ਰੂਮ ਚ ਖੁੱਲ੍ਹ ਹੈ। ਤੇ ਉਹ ਫਿਰ ਜਦੋਂ ਉਹਨਾਂ ਨੇ ਰਹਿਮਾਨ ਸਾਹਿਬ ਨੇ ਸੁਣਿਆ ਤੇ ਉਹਨਾਂ ਨੇ ਉਦੋਂ ਹੀ ਮੈਨੂੰ ਆਪਣੇ ਸੀਨੇ ਲਾ ਲਿਆ। ਦਿਸ ਕ੍ਰੈਡਿਟ ਸ਼ੁਡ ਗੋਜ਼ ਟੂ ਏ ਆਰ ਰਹਿਮਾਨ। ਉਹਨਾਂ ਨੇ ਇਹ ਯਾਤਰਾ ਸ਼ੁਰੂ ਕਰਵਾਈ। ਹੀ ਇਜ਼ ਦਾ ਫਸਟ ਪਰਸਨ ਹੂ ਇੰਟਰੋਡਿਊਸ ਮੀ ਟੂ ਦਾ ਵਰਲਡ ਆਫ ਮਿਊਜ਼ਿਕ। ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੇ ਲੈਜੈਂਡਸ, ਤਰ੍ਹਾਂ ਤਰ੍ਹਾਂ ਦੇ ਬ੍ਰਿਲੀਅੰਟ ਟੈਲੈਂਟ ਮੈਂ ਮਿਲਦਾ ਰਹਿੰਦਾ। ਉਹਨਾਂ ਨਾਲ ਮਿਲ ਕੇ ਮੈਨੂੰ ਖੁਸ਼ੀ ਵੀ ਹੁੰਦੀ ਆ, ਉਹਨਾਂ ਤੋਂ ਸਿੱਖਣ ਵੀ ਮਿਲਦਾ। ਥਈਆ ਥਈਆ ਤੋਂ ਛਈਆਂ ਛਈਆਂ ਕਿਵੇਂ ਬਣੀ? ਮੈਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਇਸ ਗਾਣੇ ਨੂੰ। ਫਿਰ ਇਹਦੀ ਮੈਂ ਇੱਕ ਨਵੀਂ ਤਰਜ਼, ਤਰਜ਼ ਇੱਕ ਸ਼ਬਦ ਹੁੰਦਾ ਜਿਹਨੂੰ ਅਸੀਂ ਕੰਪੋਜੀਸ਼ਨ ਕਹਿੰਦੇ, ਧੁਨ ਗਾਣੇ ਦੀ, ਗਾਣੇ ਕੀ ਧੁਨ, ਉਹ ਫਿਰ ਮੈਂ ਉਹਦੀ ਬਣਾਈ ਸੀ। ਅਤੇ ਮੈਂ ਕਿਹਾ ਕਿਸੇ ਦਿਨ ਕਿਸੇ ਨੂੰ ਕੋਈ ਜਿਹੜਾ ਵਿਚਿੱਤਰ ਪ੍ਰਕਾਰ ਦੀ ਸੋਚ ਰੱਖਦਾ ਉਹਨਾਂ ਨਾਲ ਮੈਂ ਸ਼ੇਅਰ ਕਰਾਂਗਾ। ਮੈਂ ਜਦੋਂ ਇਹਦੇ ਰੋਜ਼ਾ ਦੇ ਗਾਣੇ ਸੁਣੇ, ਜਦੋਂ ਰੰਗੀਲਾ ਦੇ ਗਾਣੇ ਸੁਣੇ, ਥਿਰੁੜਾ ਥੋੜਾ ਕੁਛ ਤਮਿਲ ਫਿਲਮਾਂ ਦੇ ਵੀ ਗਾਣੇ ਸੁਣੇ, ਮੈਂ ਕਿਹਾ ਬੰਦਾ ਵਿਚਿੱਤਰ ਆ। ਹੁਣ ਇੱਦਾਂ ਤਾਂ ਹੁੰਦਾ ਨਹੀਂ ਕਿ ਉਹ ਦਰਵਾਜ਼ੇ 'ਤੇ ਮੇਰੀ ਵੇਟ ਕਰ ਰਿਹਾ। ਇੱਕ ਰਿਸੋਰਸ ਮੇਰੇ ਕੋਲ ਮਿਲਿਆ, ਉਹ ਵੀ ਮੀਡੀਆ ਤੋਂ ਸਨ, ਐਂਕਰ ਸਨ। ਉਹ ਸੰਗੀਤ ਦੇ ਬੜੇ ਸ਼ੌਕੀਨ ਸੀ, ਯਾਨੀ ਮਧੂਬਾਲਾ ਜੀ ਜਿਹੜੀ ਐਕਟਰ ਪੁਰਾਣੀ ਜਿਹੜੀ ਸੀ, ਉਹਨਾਂ ਦੇ ਜੀਜਾ ਜੀ, ਉਹ ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਚੇਨਈ ਲੈ ਗਏ। ਹੀ ਇੰਟਰੋਡਿਊਸ ਮੀ ਟੂ, ਉਹਨਾਂ ਨੇ ਕਿਹਾ ਸੋਹਣੇ ਨੂੰ। ਤਾਂ ਉਹ ਉੱਥੇ ਬੜੀਆਂ ਵਿਚਿੱਤਰ ਜਿਹੀਆਂ ਘਟਨਾਵਾਂ ਹੋਈਆਂ। ਮੈਂ ਜਦੋਂ ਪੰਜਾਬੀ 'ਚ ਉਹਨਾਂ ਨੂੰ ਪੜ੍ਹ ਕੇ ਸੁਣਾਇਆ, ਬਾਬਾ ਫਰੀਦ ਦਾ, ਬਾਬਾ ਬੁੱਲੇ ਸ਼ਾਹ ਜੀ ਦਾ ਕਲਾਮ, ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ, ਆ ਜਾ ਸੱਜਣਾ, ਆ ਜਾ ਸੱਜਣਾ, ਨਹੀਂ ਤਾਂ ਮੈਂ ਮਰ ਗਈ ਹਾਂ। ਉਹ ਹੁਣ ਉਹ ਵਿਚਾਰਾ ਮਦਰਾਸੀ ਬੰਦਾ, ਉਹ ਵੀ ਇੰਗਲਿਸ਼ 'ਚ ਥੋੜ੍ਹੀ ਬਹੁਤ ਬੋਲਦਾ, ਕਹਿੰਦਾ ਮੈਨੂੰ ਸਾਰੀ ਚੀਜ਼ ਤੂੰ ਮੈਨੂੰ ਐਕਸਪਲੇਨ ਕਰ। ਮੈਂ ਕਿਹਾ ਇੰਨੀ ਅੰਗਰੇਜ਼ੀ ਲਿਆਵਾਂ ਕਿੱਥੋਂ ਮੈਂ? ਉਹ ਭਾਈ ਮੈਂ ਕਿਹਾ ਇੱਦਾਂ ਹੀ ਆ, ਪੰਜਾਬ ਵਾਲਿਆਂ ਨੂੰ ਵੈਸੇ ਅੰਗਰੇਜ਼ੀ ਘੱਟ ਆਉਂਦੀ। ਨਹੀਂ ਨਹੀਂ, 8 ਵਜੇ ਤੋਂ ਬਾਅਦ ਪੂਰਾ ਪੰਜਾਬ ਅੰਗਰੇਜ਼ੀ ਬੋਲਦਾ, ਇਹ ਵੀ ਮੈਨੂੰ ਪਤਾ। ਹਾਂ, ਉਹ ਹੁਣ ਉਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਐਕਸਪ੍ਰੈਸ਼ਨ ਇਜ਼ ਦਾ ਬੈਸਟ ਲੈਂਗੁਏਜ ਟੂ ਕਨਵੇ। ਐਕਸਪ੍ਰੈਸ਼ਨਸ ਤੋਂ ਵਧੀਆ ਭਾਵ ਜਿਹੜੇ ਹੁੰਦੇ ਆ, ਉਸ ਤੋਂ ਬੈਸਟ ਲੈਂਗੁਏਜ ਕੋਈ ਨਹੀਂ ਹੁੰਦੀ। ਮੈਂ ਉਹ ਮੇਰੇ ਵੱਲ ਦੇਖਿਆ, ਕਹਿੰਦਾ ਫਿਰ ਮੈਨੂੰ ਕਿੱਦਾਂ ਪਤਾ ਲੱਗੇਗਾ? ਇਹ ਵੀ ਗੱਲ ਉਹਨੇ ਇੰਗਲਿਸ਼ 'ਚ ਕਹੀ। ਉਦੋਂ ਅਸੀਂ ਥੋੜ੍ਹੀ ਠੀਕ ਠਾਕ ਬੋਲਣ, ਹੁਣ ਉਹ ਵੀ ਖਰਾਬ ਹੋ ਗਈ ਸਾਡੀ। ਅਤੇ ਐਨੀ ਵੇ, ਸਮ ਹਾਓ ਆਈ ਕਨਵਿੰਸਡ ਹਿਮ ਕਿ ਯੂ ਗਿਵ ਮੀ ਦਾ ਮਾਈਕ, ਮੈਨੂੰ ਮਾਈਕ ਦਿਓ, ਮੈਂ ਇਹਨੂੰ ਗਾ ਕੇ ਇਹਦਾ ਐਕਸਪ੍ਰੈਸ਼ਨ, ਇਹਦੇ ਭਾਵ ਨੂੰ ਐਕਸਪ੍ਰੈਸ ਕਰਦਾ ਵਾਂ। ਉਹ ਉਹੀ ਹੋਇਆ। ਕਿਵੇਂ ਗਾਇਆ ਸੀ ਉਸ ਵੇਲੇ? ਉਹ ਜਿਹੜਾ ਹੁਣੇ ਗਾ ਕੇ ਟਾਈਮ, ਹੋ ਤੇਰੇ ਇਸ਼ਕ ਨਚਾਇਆ ਕਰ ਥਈਆ, ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ, ਆ ਜਾ ਸੱਜਣਾ, ਆ ਜਾ ਸੱਜਣਾ, ਨਹੀਂ ਤੇ ਮੈਂ ਮਰ ਗਈ ਹਾਂ। ਕਰ ਥਈਆ ਥਈਆ ਥਈਆ, ਕਰ ਥਈਆ 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 ਥਈਆ, ਉਹਦਾ ਹੀ ਬਣ ਗਿਆ ਬਾਅਦ 'ਚ। ਚੱਲ ਛਈਆਂ 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 ਛਈਆਂ, ਉਹਨੇ ਮੈਨੂੰ ਸੁਣਿਆ। ਫਿਰ ਉਹਨਾਂ ਨੇ ਮੇਰਾ ਜਦੋਂ ਗਾਣਾ ਸੁਣਿਆ, ਫਿਰ ਗੁਲਜ਼ਾਰ ਸਾਹਿਬ ਨਾਲ ਇੱਕ ਸਫੇਦ ਲਿਬਾਸ 'ਚ ਦਰਵੇਸ਼ ਇਨਸਾਨ, ਉਹਨਾਂ ਨਾਲ ਮੇਰੀ ਸਵੇਰੇ ਇੰਟਰੋਡਕਸ਼ਨ ਹੋਈ, ਮੈਨੂੰ ਇੰਟਰੋਡਿਊਸ ਕੀਤਾ ਗਿਆ। ਉਹਨਾਂ ਨੇ ਗਾਣਾ ਲਿਖ ਕੇ ਸਾਹਮਣੇ ਰੱਖ ਦਿੱਤਾ, ਛਈਆਂ ਛਈਆਂ ਲਿਖ ਦਿੱਤਾ, ਔਰ ਫਿਰ ਉਹ ਨਜ਼ਾਰਾ ਐਸਾ ਬੰਨਿਆ, ਇੰਨਾ ਖੂਬਸੂਰਤ ਨਜ਼ਾਰਾ ਬੰਨਿਆ। ਅਤੇ ਉਹਨਾਂ ਨੇ ਚੁੱਕ ਕੇ ਮੇਰਾ ਸਮਾਨ, ਜਿਹੜੇ ਮੈਂ ਉੱਥੇ ਮਾੜੀ ਜਿਹੀ ਇੱਕ ਛੋਟੀ ਜਿਹੀ ਕੁੱਲੀ 'ਚ ਰਹਿੰਦਾ ਸਾਂ, ਛੋਟਾ ਜਿਹਾ ਇੱਕ ਹੋਟਲ ਸੀ ਜੋ ਮੈਂ ਅਫੋਰਡ ਕਰ ਸਕਦਾ, ਚੁੱਕ ਕੇ ਤਾਜ 'ਚ ਸ਼ਿਫਟ ਕਰਤਾ। ਮੈਂ ਉਹਨਾਂ ਨੇ ਕਿਹਾ ਨਹੀਂ ਭਾਈ ਸਾਹਿਬ, ਮੈਂ ਇੱਥੇ
ਲਗਜ਼ਰੀ ਨਹੀਂ, ਮਿਊਜ਼ਿਕ ਇੰਜੋਏ ਕਰਨਾ ਹੈ, ਮੈਂ ਵਾਪਸ ਉੱਥੇ ਹੀ ਆ। ਸੋ ਇਹ ਗੀਤ ਮਤਲਬ ਤੁਹਾਡੀ ਲਾਈਫ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਇਆ ਤੁਹਾਡੇ ਗਾਇਕੀ ਦੇ ਕੈਰੀਅਰ? ਨਹੀਂ, ਇਸ ਤੋਂ ਪਹਿਲਾਂ ਵੀ ਇੱਕ ਹੋਇਆ ਸੀ, ਉਹ ਬੜਾ ਪਿਆਰਾ ਅਤੇ ਪੰਜਾਬੀ ਦਾ ਮੁੰਡਾ ਸਾਊਥ ਹਾਲ ਦਾ, ਕੁੜੀ ਲੱਭੇ ਮੁੰਡਾ ਮੁੰਡਾ ਕੁੜੀ ਨੂੰ ਪਾਲਦਾ, ਬੱਲੇ 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 ਜੋੜਾ ਬਣੇ ਆ ਕਮਾਲ ਦਾ, ਹੋਇਆ ਕੀ ਜੇ ਹੋਇਆ ਕੀ ਜੇ ਕੁੜੀ ਹੈ ਤੂੰ ਲੁਧਿਆਣੇ ਦੀ ਨਹੀਂ ਮੁੰਡਾ ਸਾਊਥ ਹਾਲ ਦਾ। ਯੈਸ, ਦਿਸ ਸੌਂਗ ਆਲਸੋ ਆਈ ਐਮ ਗੋਇੰਗ ਟੂ ਪਰਫੋਰਮ, ਕਿਉਂਕਿ ਇਹ ਗਾਣਾ ਮੈਂ ਇੱਥੇ ਚੰਡੀਗੜ੍ਹ ਯੂਨੀਵਰਸਿਟੀ 'ਚ ਪਹਿਲੇ ਮੌਕੇ ਪਰਫੋਰਮ ਕੀਤਾ ਸੀ, ਔਰ ਇੱਕ ਐਸੀ ਖੂਬਸੂਰਤ ਐਡੀ ਬ੍ਰੇਕਿੰਗ ਨਿਊਜ਼ ਵਾਲੀ ਤੁਹਾਨੂੰ ਦੱਸ ਰਿਹਾ। ਕਿਹੜੇ ਕਿਹੜੇ ਸਾਲ ਦੀ ਗੱਲ ਹੈ? 87 ਸਾਲ ਤੇ ਸਾਲ ਨਹੀਂ, ਮੈਂ ਦੱਸ ਦਿੰਦਾ ਜੀ। ਨਹੀਂ ਹਾਂ, ਤਾਂ ਉਹ ਉਹਦੇ ਨਾਲ ਉਮਰ ਪਤਾ ਚੱਲ ਜੀ ਭਾਈ ਸਾਹਿਬ ਦੇ, ਉਹ ਮੈਂ ਉਸ ਚੀਜ਼ ਦਾ ਕੰਮ ਨਹੀਂ ਕਰਦਾ, ਮੈਂ ਉਹ ਅਕਾਊਂਟਿੰਗ ਵਾਲਾ ਬੰਦਾ ਨਹੀਂ। ਐਡੀ ਖੂਬਸੂਰਤ ਘਟਨਾ ਵਾਪਰੀ, ਉਦੋਂ ਸਿਕਿਉਰਿਟੀ ਵੀ ਹੋਣੀ ਆ ਉੱਥੇ ਨਾਲ, ਮੈਂ ਰੈੱਡ ਕਲਰ ਦਾ ਕੋਟ ਪਾਇਆ ਤਾ, ਵਾਈਟ ਟਾਈ ਅਤੇ ਨਾਲ ਟਰੋਜ਼ਰ ਨਾਈਸ ਅਤੇ ਲਾਲ ਕਲਰ ਦੀ ਟਾਈ। ਉਹ ਇੱਕ ਪ੍ਰਸ਼ੰਸਕ ਆਇਆ ਅਤੇ ਉਹ ਟਾਈ ਫੜ ਕੇ ਲਟਕ ਗਿਆ, ਉਹ ਮੇਰੀਆਂ ਅੱਖਾਂ ਬਾਹਰ ਨੂੰ, ਮੇਰਾ ਪੂਰਾ ਰੰਗ ਲਾ। ਉਹ ਮੈਂ ਕਿਹਾ ਇਹ ਕੀ ਕਰ ਰਿਹਾ, ਲੋਕਾਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਛੱਡੀ ਨਹੀਂ, ਉਹਨੇ ਮੇਰੀ ਟਾਈ ਫੜ ਕੇ ਲਟਕ ਗਿਆ, ਕਹਿੰਦਾ ਮੈਨੂੰ ਤੁਹਾਡੀ ਟਾਈ ਚਾਹੀਦੀ ਆ। ਮੈਂ ਉਹਨੂੰ ਟਾਈ ਲਾ ਕੇ ਦਿੱਤੀ ਅਤੇ ਬਾਅਦ 'ਚ ਮੇਰੇ ਹੱਥ 'ਚ 100 ਰੁਪਏ ਧਰ ਗਿਆ। ਇਹਦੇ ਵਿੱਚ ਇੱਕ ਹੋਰ ਗਾਣਾ ਸੀਗਾ, ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਉਹ ਗਾਣਾ ਵੀ ਬੜਾ ਪੰਜਾਬੀ ਦਾ ਬੜਾ ਮਕਬੂਲ, ਬਾਬੂ ਸਿੰਘ ਮਾਨ ਸਾਹਿਬ ਦਾ ਲਿਖਿਆ ਹੈ, ਬਾਬੂ ਸਿੰਘ ਮਾਨਹੋਰਾ ਨੇ ਲਿਖਿਆ। ਉਹ ਮੇਰੇ ਗੁਰੂ ਵੀ ਨੇ, ਪਿਤਾ ਸਮਾਨ ਵੀ ਨੇ, ਮੇਰੇ ਗੁਰੂ ਵੀ ਨੇ, ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਮੈਂ ਉਹਨਾਂ ਨੂੰ ਗੁਰੂ ਕੰਸੀਡਰ ਕਰਦਾ, ਜਿਹੜੀ ਫੋਕ ਦੀ ਸਾਦਗੀ, ਸੰਗੀਤ ਦੀ ਸਾਦਗੀ ਉਹਨਾਂ ਤੋਂ ਪ੍ਰਵਾਨ ਹੋਈ ਮੈਨੂੰ। ਅਤੇ ਉਹ ਉਸ ਗੀਤ ਦੀਆਂ ਦੋ ਲਾਈਨਾਂ, ਤੇਰਾ ਕਿਸੇ ਜਾਂਦਾ ਸਾਡਾ ਨੱਥ ਜਾਂਦਾ ਚਾਵੇ, ਅੱਜ ਦੀ ਜੇ ਰਾਤ ਦਿੰਦਾ ਥੋੜ੍ਹੀ ਜਿਹੀ ਵਧਾਵੇ, ਵੇ ਤੇਥੋਂ ਨਿੱਕੀ ਜਿੰਨੀ ਹੋਈ ਨਾ ਦਲੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ, ਗੱਲ ਮੁੱਕੀ ਨਾ ਸੱਜਣ ਨਾਲ ਮੇਰੀ। ਸੋ ਇਹ ਵੀ ਗਾਣੇ ਪਰਫੋਰਮ ਹੋਣਗੇ, ਰਿਵਾਈਜ਼ ਕੀਤਾ ਜਾਏਗਾ। ਅੱਛਾ, ਤੁਸੀਂ ਜਿਵੇਂ ਅਲੱਗ ਅਲੱਗ ਥਾਵਾਂ 'ਤੇ ਜਾਂਦੇ ਹੋ, ਅਲੱਗ ਅਲੱਗ ਸ਼ੋਜ਼ ਕਰਦੇ ਹੋ, ਹਰ ਤਰ੍ਹਾਂ ਦਾ ਇੱਕ ਪਰਟੀਕੁਲਰ ਏਰੀਆ ਹੁੰਦਾ ਕਿ ਉੱਥੇ ਆਡੀਅੰਸ ਕਿਸ ਤਰੀਕੇ ਦੀ ਹੋਣੀ ਹੈ, ਕਿਸ ਤਰੀਕੇ ਨਾਲ ਲੋਕ ਕਿਸ ਤਰ੍ਹਾਂ ਦੇ ਗਾਣੇ ਸੁਣਨਾ ਚਾਹੁੰਦੇ ਨੇ, ਹੈ ਨਾ, ਕੋਈ ਕਿਸੇ ਨੂੰ ਓਮਕਾਰਾ ਦੇ ਗਾਣੇ ਪਸੰਦ ਨੇ, ਕਿਸੇ ਨੂੰ ਵਿਸ਼ਾਲ ਭਾਰਦਵਾਜ ਦੀਆਂ ਫਿਲਮਾਂ ਦੇ ਗਾਣੇ ਪਸੰਦ ਨੇ, ਕਿਸੇ ਨੂੰ ਤਾਲ ਛਈਆਂ ਛਈਆਂ ਐਸੇ ਪਸੰਦ ਨੇ, ਹਰ ਤੁਹਾਡੇ ਚੱਕ ਦੇ ਇੰਡੀਆ, ਜੈ ਹੋ, ਬਹੁਤ ਸਾਰੇ ਐਸੇ ਗਾਣੇ ਨੇ, ਤਾਂ ਤੁਸੀਂ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋ ਕਿ ਜਿਸ ਤਰੀਕੇ ਦੀ ਆਡੀਅੰਸ ਹੈ, ਫਿਰ ਅਸੀਂ ਗਾਣਿਆਂ ਦੀ ਕਲੈਕਸ਼ਨ ਉਸ ਤਰੀਕੇ ਦੀ ਰੱਖੀਏ? ਜੇ ਪੰਜਾਬ ਆਏ ਹੋ, ਚੰਡੀਗੜ੍ਹ ਆਏ ਹੋ, ਤਾਂ ਥੋੜ੍ਹਾ ਪੰਜਾਬੀ 'ਤੇ ਫੋਕਸ। ਜੀ ਜੀ ਜੀ, ਨਹੀਂ ਇੱਦਾਂ, ਹੁਣ ਜਿੱਦਾਂ ਹੁਣ ਕੱਲ੍ਹ ਮੈਂ ਇੱਕ ਜਗ੍ਹਾ 'ਤੇ ਜਾ ਰਿਹਾ, ਉਹ ਇੱਕ ਪੂਰੀ ਤਰ੍ਹਾਂ ਇੰਟੀਰੀਅਰ 'ਚ ਸ਼ੋਅ ਆ, ਜੰਗਲਾਂ 'ਚ, ਉੱਥੋਂ ਦੇ ਜਿਹੜੇ ਪੁਰਾਣੀ ਸੱਭਿਅਤਾ ਦੇ ਜਿਹੜੇ ਲੋਕ ਨੇ, ਜਿਹੜੇ ਸਾਡੇ ਇਸ ਡਿਜੀਟਲ ਵਰਲਡ ਨਾਲ ਕਨੈਕਟਡ ਨਹੀਂ ਨੇ, ਬਿਲਕੁਲ ਕਨੈਕਟਡ ਨਹੀਂ ਨੇ, ਤਾਂ ਉਹਨਾਂ ਪਿੰਡਾਂ 'ਚ ਜਾ ਕੇ ਉੱਥੋਂ ਦੀ ਮੌਜੂਦਾ ਜਿਹੜੀ ਔਰਗਨਾਈਜੇਸ਼ਨ, ਉਹਨਾਂ ਨੇ ਜਾ ਕੇ, ਜਿੱਦਾਂ ਵੋਟਿੰਗ ਨਹੀਂ ਹੁੰਦੀ, ਉਹ ਪੁੱਛਿਆ ਕਿ ਆਹ 4 ਚਿਹਰੇ ਨੇ, ਤਾਂ ਉਹਨਾਂ 'ਚ ਥੋੜ੍ਹਾ ਬਹੁਤਾ ਮੋਬਾਈਲ ਹਰ ਜਗ੍ਹਾ ਪਹੁੰਚ ਜਾਂਦਾ, ਤਾਂ ਉਹ ਸਮਝ ਲਓ ਉੱਥੇ ਵੀ ਮੈਨੂੰ 80-85% ਵੋਟਾਂ ਪਈਆਂ ਕਿ ਇਹਨੂੰ ਲਿਆਓ। ਕਿਹੜੇ ਆਰਟਿਸਟ ਨੂੰ ਉਹਨਾਂ ਨੇ ਗਾਣਾ ਪਸੰਦ ਹੈ ਮੇਰਾ, ਉਹ ਲੋਕ ਉਹਨਾਂ ਦੀ ਸੱਭਿਅਤਾ ਕਲਚਰ ਹਾਲੇ ਵੀ ਤੁਹਾਨੂੰ 1000 ਸਾਲ 500-700 ਸਾਲ ਪੁਰਾਣਾ ਲੱਗੇਗਾ। ਅਰੇ ਧਮ ਧਮ ਦੜਮ ਦੜਈਆ ਰੇ, ਸਭਸੇ ਬੜੇ ਲੜਈਆ ਰੇ, ਓਮਕਾਰਾ ਹੇ ਆਂਖੇ ਤੇਜ ਤਤਈਆ, ਦੋਨੋਂ ਜੀਭ ਸਾਬਕਾ ਫੁਨਕਾਰਾ, ਓਮਕਾਰਾ ਅਰੇ ਧਮ ਧਮ ਦੜਮ ਦੜਈਆ ਰੇ,
ਦੂਜੀ ਫਰਮਾਇਸ਼ ਉਹਨਾਂ ਦੀ ਬਿਲਕੁਲ ਰਿਵਰਸ ਹੈ, ਕਹਿੰਦੇ ਜੀ ਬੀੜੀ ਜਲਾ ਲੈ, ਮੈਂ ਕਿਹਾ ਬੀੜੀ 'ਤੇ ਮੈਂ ਅੰਗੀਠੀ ਜਲਾ ਸਕਦਾ, ਸਰਦਾਰ ਬੰਦਾ ਕਹਿੰਦਾ ਮੈਂ ਨੱਪਿਆ ਨਾ ਜਾਵਾਂ, ਅਤੇ ਮੈਂ ਕਿਹਾ ਕੋਇਲਾ ਜਲਵਾ ਲਓ ਉਸਮੇ, ਅਗਰ ਤੁਸੀਂ ਧਿਆਨ ਰੱਖੋ ਨਾ ਤਾਂ ਬੀੜੀ ਜਲਾਈ ਲੈ 'ਚ ਮੈਂ ਬੀੜੀ ਨਹੀਂ ਜਲਾਉਂਦਾ, ਅੰਗੀਠੀ ਜਲਾਈ ਲੈ ਜਿਗਰ ਸੇ ਪੀਆ ਜਿਗਰ ਮਾਂ ਅੱਗ ਹੈ। ਹੁਣ ਉਹਨਾਂ ਦੀ ਇੱਛਾ ਵਾ, ਹੁਣ ਉਹਨਾਂ ਦੇ ਆਪਣੇ ਇੱਕ ਥੋਟਸ ਨੇ, ਉਹ ਸੁਖਵਿੰਦਰ ਸਿੰਘ ਨੂੰ ਸੁਣਨਾ ਚਾਹੁੰਦੇ ਜੈ ਹੋ, ਠੀਕ ਹੈ। ਔਰ ਹੁਣ ਇਹ ਜਿਹੜੀ ਮੈਟਰੋਪੋਲੀਟਨ ਜਦੋਂ ਸਿਟੀਜ਼ ਆਉਂਦੇ ਨੇ ਉੱਥੇ ਫਿਰ ਤੁਹਾਡੇ ਚੱਲਦੇ ਨੇ ਮਾਡਸਟ ਏਰਾ ਦੇ, ਉੱਥੇ ਵੀ ਅਪਰਚੁਨਿਟੀ ਸਾਨੂੰ ਮਿਲਦੀ ਆ, ਫਿਰ ਕਲੱਬ 'ਚ ਜਾ ਕੇ ਵੀ ਸ਼ੋਅ ਕਰਦੇ, ਕਲੱਬਸ ਦੇ ਜਿਹੜੇ ਹੁੰਦੇ ਆ ਉਹ ਹਰ ਇੱਕ ਚੀਜ਼ ਦੇ, ਜਿੱਦਾਂ ਹੁਣ ਇੱਥੇ 24th ਨੂੰ ਆਉਣਾ ਵਾ, ਇੱਥੇ ਸਮੂਹ, ਕਿਉਂਕਿ ਚੰਡੀਗੜ੍ਹ 'ਚ ਯੂ ਕੈਨ ਫਾਈਂਡ ਆ ਵੈਰੀਅਸ ਸਟੂਡੈਂਟਸ ਫਰੋਮ ਵੈਰੀਅਸ ਸਟੇਟਸ, ਐਗਜੈਕਟਲੀ, ਹੈ ਨਾ, ਇੱਥੇ ਬਹੁਤ ਮਿਕਸ ਕਲਚਰ ਵੀ ਆ, ਹੈ ਨਾ, ਅਤੇ ਉਹ ਇਸ ਕਰਕੇ ਇੱਥੇ ਇੱਕ ਪੂਰਾ ਬਾਲੀਵੁੱਡ ਕੋਂਬੀਨੇਸ਼ਨ ਮੈਨੂੰ ਪਰਫੋਰਮ ਕਰਨਾ, ਔਰ ਮੈਂ ਖੁਸ਼ ਵੀ ਹਾਂ ਕਿ 3-4 ਕੋਂਬੀਨੇਸ਼ਨ ਤਾਂ ਇਹਦੇ ਕਮਾਲ ਦੇ ਹੋਣਗੇ। ਇੱਕ ਇਹਦੇ 'ਚ ਸੰਗੀਤ ਸਭ ਤੋਂ ਪਹਿਲੀ ਪ੍ਰੈਫਰੈਂਸ ਹੈ, ਅਨਦਰ ਥਿੰਗ ਇਹਦੀ ਲੁੱਕ ਬਹੁਤ ਖੂਬਸੂਰਤ ਹੋਣ ਵਾਲੀ ਆ, ਅਤੇ ਬਾਕੀ ਜਿੱਦਾਂ ਅੱਜ ਇੱਕ ਮੈਂ ਅੱਜ ਪ੍ਰੈਸ ਕਾਨਫਰੰਸ 'ਚ ਬੈਠਾ ਸੀ, ਹੈਲੋ ਲੇਡੀਜ਼ ਐਂਡ ਜੈਂਟਲਮੈਨ, ਅਟੈਂਸ਼ਨ ਪਲੀਜ਼, ਵਨ ਬੈਸਟ ਥਿੰਗ ਆਈ ਐਮ ਗੋਇੰਗ ਟੂ ਸ਼ੇਅਰ ਵਿਦ ਯੂ ਆਲ, ਆਜ ਮੈਨੇ ਸਭਸੇ ਪਹਿਲੇ, ਅੱਛਾ ਹਿੰਦੀ ਬਾਈ ਚਾਂਸ ਨਿਕਲ ਜਾਤੀ, ਕੋਈ ਗੱਲ ਨਹੀਂ, ਕੋਈ ਸਰ, ਆਜ ਮੈਂ ਪ੍ਰੈਸ ਕਾਨਫਰੰਸ ਮੇਂ ਥਾ, ਮੈਨੇ ਪੱਤਰਕਾਰਿਤਾ ਕੋ ਇੱਕ ਨਿਆ ਨਾਮ ਔਰ ਦਿਆ ਹੈ, ਔਰ ਕੋਈ ਮੈਨੇ ਇਸਕੇ ਬਾਰੇ ਮੈਂ ਕੋਈ ਪ੍ਰੀ ਪਲਾਨ ਨਹੀਂ ਕੀਆ ਥਾ, ਮੇਰੇ ਕੋ ਲਗਾ ਕਿ ਯਾਰ ਸਾਹਿਤਿਆਕਾਰ ਕਿਸ ਕੋ ਕਹਤੇ ਹੈ ਜੋ ਇਤਿਹਾਸ ਕੋ ਰਿਵਾਈਜ਼ ਕਰਵਾਤਾ ਹੈ, ਤੋ ਯੇ ਕਾਮ ਤੋ ਮੈਂ ਕਿਹਾ ਪੱਤਰਕਾਰ ਵੀ ਕਰਤੇ ਹੈ, ਤੋ ਅਬ ਮੈਨੇ ਕਹਾ ਆਪ ਜਬ ਕਿਸੀ ਪੱਤਰਕਾਰ ਕੇ ਸਾਥ ਅਗਰ ਆਪਕੀ ਮੁਲਾਕਾਤ ਹੋਤੀ ਹੈ ਤੋ ਆਪ ਉਸਕੋ ਇੱਕ ਸਾਹਿਤਿਆਕਾਰ ਕੀ ਨਜ਼ਰ ਸੇ ਵੀ ਦੇਖੇਂ, ਉਹ ਤਾਲੀਆਂ ਤੁਲੀਆਂ ਤਾਂ ਵਜਾ ਦਿਓ ਯਾਰ। ਕਿਆ ਬਾਤ, ਸੁਖਵਿੰਦਰ ਜੀ ਇੱਕ ਹੋਰ ਨਾਮ ਦਾ ਤੁਸੀਂ ਏ ਆਰ ਰਹਿਮਾਨ ਸਾਹਿਬ ਦਾ ਬਹੁਤ ਜ਼ਿਕਰ ਕਰ ਰਹੇ ਹੋ, ਇੱਕ ਹੋਰ ਨਾਮ ਸ਼ਾਹਰੁਖ ਖਾਨ ਦਾ, ਉਹ ਖੂਬ ਜਿਹੜੇ ਉਹਨਾਂ ਦੀਆਂ ਬਹੁਤ ਹਿੱਟ ਮੂਵੀਜ਼ ਹੈ, ਹਿੱਟ ਗਾਣੇ ਹੈ, ਉਹਨਾਂ ਦੇ ਵਿੱਚ ਹਮੇਸ਼ਾ ਤੁਸੀਂ ਨਜ਼ਰ ਆਉਂਦੇ ਹੋ, ਮੈਂ ਉਹਨਾਂ ਨੂੰ ਸੁਣ ਰਿਹਾ ਸੀ ਇੱਕ ਜਗ੍ਹਾ, ਉਹ ਕਹਿੰਦੇ ਇੱਕ ਕੰਪੋਜੀਸ਼ਨ ਆ ਉਹਦੇ ਵਿੱਚ ਆ ਕੇ ਕੁਝ ਨਾ ਕੁਝ ਵੱਖਰੇ ਤਰੀਕੇ ਨਾਲ ਸੁਖਵਿੰਦਰ ਕਰ ਦਿੰਦੇ ਨੇ, ਔਰ ਉਹਨਾਂ ਨੇ ਕੋਈ ਜ਼ਿਕਰ ਕੀਤਾ ਕਿ ਉਹ ਤੁਹਾਡੀ ਇੱਕ ਰਿਕਾਰਡਿੰਗ ਦੇ ਵਿੱਚ ਪਹੁੰਚ ਗਏ ਸੀ ਸ਼ਾਇਦ ਚਲਤੇ ਚਲਤੇ ਮੂਵੀ, ਜੇ ਉਹ ਕਿੱਸਾ ਸ਼ੇਅਰ ਕਰ ਸਕੋ, ਕੀ ਹੋਇਆ ਉਸ ਸਮੇਂ ਸ਼ਾਹਰੁਖ ਖਾਨ ਜਦੋਂ ਤੁਹਾਡੇ ਕੋਲ ਪਹੁੰਚੇ? ਹਾਂਜੀ, ਉਹ ਐਕਚੁਅਲੀ ਉਹ ਇਜ਼ ਮਾਈ ਫਸਟ ਹੀਰੋ ਆਫ ਛਈਆਂ ਛਈਆਂ ਜੀ, ਦਾ ਫਸਟ ਟਾਈਮ ਆਈ ਹੈਵ ਸੀਨ ਸਮਵਨ ਡਾਂਸਿੰਗ ਔਨ ਅ ਟ੍ਰੇਨ, ਐਂਡ ਮੇਰੀ ਆਵਾਜ਼ ਉਹ ਮੈਂ ਜਦੋਂ ਦੇਖਿਆ ਮੈਂ ਇੰਨਾ ਮਤਲਬ ਜਜ਼ਬਾਤੀ ਉਹਨਾਂ ਨਾਲ ਮੇਰਾ ਰਿਸ਼ਤਾ ਹੋ ਗਿਆ, ਔਰ ਉਸ ਬੰਦੇ 'ਚ ਨਾ ਐਪਰੀਸ਼ੀਏਸ਼ਨ ਬਹੁਤ ਹੈ, ਚਾਹੇ ਤੁਸੀਂ ਉਹਨੂੰ ਪ੍ਰੋਫੈਸ਼ਨਲਿਜ਼ਮ ਕਹਿ ਲਓ ਚਾਹੇ ਉਹਦੀ ਨੇਚਰ ਕਹਿ ਲਓ, ਲੇਕਿਨ ਐਪਰੀਸ਼ੀਏਸ਼ਨ ਉਹਦੇ 'ਚ ਨਾ ਕੁੱਟ ਕੁੱਟ ਕੇ ਭਰੀ ਆ, ਉਹ ਤੁਹਾਡਾ ਜਦ ਤੱਕ ਰਾਂਝਾ ਰਾਜ਼ੀ ਨਹੀਂ ਨਾ ਹੋ ਜਾਂਦਾ ਬਈ ਇੰਨੀ ਗੱਲ ਹੈ, ਇੱਥੇ ਆ ਕੇ ਮੇਰੀ ਪੰਜਾਬੀ ਸਾਫ਼ ਹੋ ਜਾਂਦੀ ਹੈ, ਅਤੇ ਉਹ ਚੱਕਰ ਲਗਾਉਂਦੇ ਰਹੇ, ਹਾਂ, ਅਤੇ ਉਹ ਆਪਣੇ 'ਚ ਐਪਰੀਸ਼ੀਏਸ਼ਨ ਬਹੁਤ ਹੈ, ਅਤੇ ਉਹ ਉਹਨਾਂ ਨੇ ਆਪਣਾ ਉਹ ਪਰਦੇ 'ਤੇ ਜਦੋਂ ਦੇਖਿਆ ਤਾਂ ਉਹ ਫਸਟ ਜਿੱਦਾਂ ਕਹਿੰਦੇ ਪਹਿਲੀ ਮੁਹੱਬਤ ਵਾਲਾ ਚੱਕਰ, ਤਾਂ ਉਹ ਤੋਂ ਪਹਿਲੇ ਮੌਕੇ ਮੈਂ ਕਿਸੇ ਇੱਕ ਸਟਾਰ ਨੂੰ ਟ੍ਰੇਨ 'ਤੇ, ਅਤੇ ਮੈਂ ਕਈ ਵਾਰੀ ਸੋਚਿਆ ਵੀ ਮੈਂ ਕਿਹਾ ਯਾਰ ਡਿੱਗਣਾ ਪਵੇ ਕਿਤੇ, ਅਤੇ ਉਹ ਕਿਉਂਕਿ ਹਾਂ ਨਾਲ ਇੱਕ ਖੂਬਸੂਰਤ ਕੰਨਿਆ ਮਲਾਈਕਾ, ਹੈ ਨਾ, ਅਤੇ ਉਹ ਬਹੁਤ ਵੈਲ ਪਿਕਚਰਾਈਜ਼ ਸੌਂਗ, ਉਸ ਤੋਂ ਬਾਅਦ ਫਿਰ ਉਹਨਾਂ ਨਾਲ ਮੇਰਾ ਇੱਕ ਐਸਾ ਰਿਸ਼ਤਾ ਬਣ ਗਿਆ, ਹਾਲਾਂਕਿ ਬਹੁਤ ਸਾਰੀਆਂ ਦੀ ਸਾਰੀਆਂ ਫਿਲਮਾਂ 'ਚ ਮੈਂ ਨਹੀਂ ਗਾਉਂਦਾ,
ਪਰ ਉਹਨਾਂ ਦਾ ਇੱਕ ਫੋਨ ਜ਼ਰੂਰ ਆ ਜਾਂਦਾ ਵਾ, ਫੋਨ ਜ਼ਰੂਰ ਆ ਜਾਂਦਾ। ਹੁਣ ਉਹਨਾਂ ਨੇ ਰੀਸੈਂਟਲੀ ਜ਼ਿਕਰ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਲਾਂਚ ਕਰ ਰਿਹਾ, ਵਿਲ ਯੂ ਸਿੰਗ ਫੋਰ ਮਾਈ ਸਨ? ਆਈ ਸੈਡ ਯੈਸ। ਕਹਿੰਦਾ ਮੈਂ ਨਹੀਂ ਸੌਂਗਸ। ਮੈਂ ਕਿਹਾ ਜੀ ਜਦ ਤੱਕ ਕਹੋਗੇ। ਤਾਂ ਉਹ ਪਿਆਰ ਮੁਹੱਬਤ ਸਾਰਿਆਂ ਨੇ, ਹਾਲਾਂਕਿ ਮੈਨੂੰ ਇੰਟਰੋਡਿਊਸ ਕਰਨ ਵਾਲੇ ਜਿਹੜੇ ਫਿਲਮ ਇੰਡਸਟਰੀ 'ਚ ਨੇ ਉਹ ਅਜੇ ਦੇਵਗਨ ਨੇ, ਅਜੇ ਦੇਵਗਨ ਫੈਮਿਲੀ, ਉਹਨਾਂ ਦੇ ਫਾਦਰ ਵੀਰੂ ਦੇਵਗਨ, ਦੇ ਹੈਵ ਇੰਟਰੋਡਿਊਸ ਮੀ। ਅਤੇ ਇੱਕ ਜਿਨ੍ਹਾਂ ਦੀ ਮੈਂ ਪਾਰਟੀ 'ਚ ਜਾਣਾ ਨਹੀਂ ਚਾਹੁੰਦਾ ਭੱਜ, ਮਤਲਬ ਕਿਉਂਕਿ ਸਵੇਰ ਦਾ ਸੂਰਜ ਚੜ੍ਹਾ ਦਿੰਦੇ ਨੇ ਸਲਮਾਨ ਖਾਨ, ਗਾਣੇ ਉਹਨਾਂ ਦੇ ਮੇਰੇ ਦਾਦਾ ਨੇ। ਹੁਣ ਅੱਜ ਕੱਲ੍ਹ ਰਣਵੀਰ ਸਿੰਘ ਅਤੇ ਰਣਵੀਰ ਕਪੂਰ ਉਹਨਾਂ ਦੇ ਨਾਲ ਮੇਰੇ ਗਾਣੇ ਸਮ ਸ਼ੇਰਾ ਤੋਂ ਸਟਾਰਟ ਹੋਏ, ਉਹਨਾਂ ਦਾ ਘਰ ਹਰ ਮੈਦਾਨ ਫਤਿਹ ਵੀ ਗਏ ਸੀ ਸੰਜੂ ਜੀ। ਅਤੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਨਾ ਕਾਊਂਟਿੰਗ 'ਚ ਨਹੀਂ ਰਹਿੰਦਾ ਕਿ ਮੈਂ ਹੁਣ ਤੱਕ ਕੀ ਕੀਤਾ ਅਤੇ ਕਿਹਦੇ ਕਿਹਦੇ ਰਸਤੇ ਕੀਤਾ, ਬਸ ਤੁਰਦੇ ਰਹੋ ਵਰਤਮਾਨ 'ਚ। ਚਲੋ, ਤੁਹਾਡਾ ਸਮਾਂ ਬੜਾ ਕੀਮਤੀ ਹੈ, ਤੁਹਾਡੀ ਟੀਮ ਵੇਟ ਕਰ ਰਹੀ ਹੈ ਬਹੁਤ। ਆਖਰੀ ਇੱਕ ਦੋ ਅਸੀਂ ਤੁਹਾਡੇ ਕੋਲੋਂ ਕੋਈ ਗੀਤ ਜਿਹੜੇ ਆ, ਤੁਸੀਂ ਹੁਣ ਜ਼ਿਕਰ ਕੀਤਾ ਹਰ ਮੈਦਾਨ ਫਤਿਹ, ਮੈਂ ਤੁਹਾਨੂੰ ਇੱਕ ਅੱਛਾ ਭਾਗ ਮਿਲਖਾ ਭਾਗ ਦਾ ਗਾਣਾ, ਅੱਛਾ ਕਿੱਸਾ ਸੁਣਾ ਕੇ, ਤੁਹਾਡੇ ਮਨਪਸੰਦ ਆ, ਮੇਰਾ ਵੀ ਮਨਪਸੰਦ ਆ, ਮੇਰੇ ਸਾਰੇ ਗਾਣੇ ਮਨਪਸੰਦ ਨੇ। ਇੱਕ ਤੁਸੀਂ ਕਦੀ ਕਿਸੇ ਉਦਾਸ ਗਾਣੇ 'ਤੇ ਕਿਸੇ ਨੂੰ ਨੱਚਦੇ ਦੇਖਿਆ ਜੀ? ਉਦਾਸ ਗਾਣੇ 'ਤੇ ਕਿ ਜਿਹਦੇ 'ਚ ਪਿਆਰ ਮੁਹੱਬਤ ਦੋਖਾ ਅਤੇ ਇਸ਼ਕ ਮਿੱਟੀ 'ਚ ਮਲੀਦ ਹੋ ਗਿਆ, ਪਿਆਰ ਟੁੱਟ ਗਿਆ, ਉਸ ਗਾਣਾ ਚੱਲਦਾ ਹੋਵੇ ਤਾਂ ਲੋਕਾਂ ਦੀ ਅੱਖਾਂ 'ਚ ਅਥਰੂ ਹੋਣ ਜਾਂਦੇ ਨਾ। ਇਹ ਕੌਮ ਇੱਦਾਂ ਦੀ ਆ, ਉਹਦੇ 'ਤੇ ਵੀ ਨੱਚਣ ਦੀ, ਪਤਾ ਕਿਹੜੇ ਗਾਣੇ 'ਤੇ? ਲਾਈ ਵੀ ਨਾ ਗਈ ਅਤੇ ਨਿਭਾਈ ਵੀ ਨਾ ਗਈ, ਹੋ ਮੇਣੇ ਮਾਰਦਾ ਜਹਾਨ ਮੈਨੂੰ ਸਾਰਾ, ਤੇਰੀ ਮੇਰੀ ਓ ਟੁੱਟ ਗਈ ਸੋਹਣੀਏ, ਜਿਵੇਂ ਟੁੱਟਿਆ ਅੰਬਰ ਤੋਂ ਤਾਰਾ, ਤੇਰੀ ਮੇਰੀ ਹਾਂ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ, ਜਿਵੇਂ ਟੁੱਟਿਆ ਅੰਬਰ ਤੋਂ ਤਾਰਾ। ਹੁਣ ਇਹ ਸਰੀ ਦੇ ਵਿੱਚ, ਸਰੀ ਯਾਨੀ ਵੈਨਕੂਵਰ, ਇਹ ਜਦੋਂ ਗਾਣਾ ਮੈਂ ਪਰਫੋਰਮ ਕਰ ਰਿਹਾ ਪਹਿਲੇ ਵਾਰੀ, ਲਾਈ ਵੀ ਨਾ ਗਈ ਅਤੇ ਨਿਭਾਈ ਇਹਦਾ ਨੱਚ ਰਿਹਾ, ਹੋ ਮੈਨੇ ਮਾਰਦਾ ਜਹਾਨ ਮੈਨੂੰ ਸਾਰਾ, ਤੇਰੀ ਮੇਰੀ ਓ ਟੁੱਟ ਗਈ ਸੋਹਣੀਏ। ਹੁਣ ਸਭ ਤੋਂ ਸੈਡ ਲਾਈਨ ਆ ਰਹੀ, ਜਿਵੇਂ ਟੁੱਟੇ ਅੰਬਰ ਤੋਂ। ਅੱਛਾ, ਮੈਂ ਗਾਣਾ ਖਤਮ ਕੀਤਾ, ਮੈਂ ਸ਼ਾਇਦ ਉਹਨਾਂ ਤੋਂ ਵੀ ਵਧੀਆ ਪਰਫਾਰਮ ਕਰਤਾ। ਮੈਂ ਗਾਣਾ ਖਤਮ ਕੀਤਾ, ਮੈਂ ਕਿਹਾ ਭਾਈ ਸਾਹਿਬ ਹਿਊਜ ਰਸ਼, ਮੈਨੂੰ ਤੁਸੀਂ ਇੰਨਾ ਦੱਸ ਦਿਓ, ਇਹ ਇੰਨਾ ਵਿਚਿੱਤਰ ਵਾਤਾਵਰਨ ਮੈਂ ਕਦੀ ਦੇਖਿਆ ਨਹੀਂ ਆ, ਕਿ ਗਾਣਾ ਵਿਚਾਰੇ ਦਾ ਇਸ਼ਕ ਡੁੱਬ ਗਿਆ, ਉਹ ਕਹਿੰਦੇ ਜੀ ਗਾਣਾ ਉਦਾਸ ਹੈ, ਤੇਰੀ ਆਵਾਜ਼ ਨੱਚੀ ਜਾ ਰਹੀ ਹੈ। ਮੈਂ ਇਸੇ ਲਈ ਸ਼ੁਰੂਆਤ ਉਸੇ ਚੀਜ਼ ਤੋਂ ਕੀਤੀ ਸੀ ਕਿ ਮਿਊਜ਼ਿਕ ਦੀ ਜ਼ਰੂਰਤ ਨਹੀਂ ਪੈਂਦੀ, ਇੰਨੀ ਬਖਸ਼ਿਸ਼ ਕਹਿੰਦੇ ਪਰਮਾਤਮਾ ਦੀ ਕਿਸੇ ਦੇ ਸਿਰ 'ਤੇ ਹੁੰਦੀ ਹੈ, ਸੋ ਤੁਹਾਡੇ 'ਤੇ ਉਹ ਵਾਕਿਆ ਹੀ ਪਰਮਾਤਮਾ ਦੀ ਮਿਹਰ ਹੈ ਕਿ ਐਡੀ ਮਿਠਾਸ ਆਵਾਜ਼ ਦੇ ਵਿੱਚ ਹੈ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮਾਣ ਸਤਿਕਾਰ, ਢੇਰ ਸਾਰਾ ਪਿਆਰ। ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਸੀਂ ਆਏ। ਸ਼ੁਕਰੀਆ ਸਰ, ਸ਼ੁਕਰੀਆ, ਬਹੁਤ ਬਹੁਤ ਹੀ ਸਮਾਂ।